ਦਾ ਮੌਸਮ ਫਿਰ ਸਾਫ ਸਾਫ ਪਿਆ ਹੈ ਨਾ ਜੀ, ਜਿਵੇਂ ਕ੍ਰਿਸਟਲ ਕਲੀਅਰ ਪਿਆ ਗਿਆ। ਕੀ ਚਾਹ ਉਹਨਾਂ ਦਾ? ਕੌਫੀ 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 ਹੈਲੋ ਗਾਇਸ, ਗੁੱਡ ਮਾਰਨਿੰਗ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਕਿਵੇਂ ਤੁਸੀਂ ਸਾਰੇ? ਆਈ ਹੋਪ ਕਿ ਤੁਸੀਂ ਠੀਕ ਹੋਵੋਗੇ। ਗਾਇਸ, ਰੋਕਸੀ ਨੂੰ ਬਾਹਰ ਕੱਢਿਆ ਗਿਆ ਹੁਣੇ, ਉਹ ਆ ਗਈ, ਉਹ ਆ ਗਈ, ਹੁਣ ਕੱਢਿਆ ਪਿੰਜਰੇ 'ਚੋਂ ਅਤੇ ਮਸਤੀ ਕਰਦੀ ਹੈਗੀ। ਲੈ ਆਈ ਬੋਲ। ਅੱਛਾ, ਹੁਣ ਕਹਿੰਦਾ ਖੇਡੀ ਮੇਰੀ ਸਰੀਰ ਉਹ ਵੀ ਸਟਾਰਟ ਹੈ ਤਾਂ ਹਜੇ ਜਵਾਕਾਂ ਦੇਖ ਰਹੇ ਕੀ ਕਰਦੇ ਨੇ ਆਪਣਾ, ਸੁੱਤੇ ਪਏ ਹੋਣਗੇ। ਵੈਰੀ ਗੁੱਡ, ਹੁਣ ਤੂੰ ਕਿੱਧਰ ਨੂੰ ਚੱਲੀ? ਲੰਘ ਮਾਰਦੀ ਮਾਰਦੀ ਲਓ ਜੀ, ਗੁਰਦੁਆਰ ਸਾਹਿਬ ਦੇ ਦਰਸ਼ਨ। ਵਧੀਆ ਕ੍ਰਿਸਟਲ ਕਲੀਅਰ ਮੌਸਮ। ਅੱਜ ਹੁਣ ਆਪਾਂ ਤਾਂ ਆਪਣੀ ਕੌਫੀ ਲੈ ਆਈਏ, ਉਸ ਤੋਂ ਬਾਅਦ ਡਿਊਟੀ ਜਾਣ ਵਾਸਤੇ ਵੀ ਰੈਡੀ ਹੋਣਾ ਹੋਊਗਾ। ਬਣ ਗਈ ਜੀ? ਜੇ ਬਣ ਗਈ ਦੇ ਦਿਓ ਤਾਂ ਮੈਂ ਵੀ ਤਿਆਰ ਹੋਣਾ। ਹੋਰ ਪੀਵਾਂਗੇ ਜੀ, ਐਂ ਕਾਹਨੂੰ ਕਰਤੀ ਹੈਗੀ? ਧੱਕਾ ਨਾ ਕਰੋ ਵੀਰ ਜੀ, ਧੱਕਾ ਨਾ ਕਰੋ। ਇਹਨਾਂ ਨੂੰ ਵੀ ਖਾ ਲਾ ਡੱਡੂਆਂ ਨੂੰ, ਰੋਜ਼ ਐਵੇਂ ਉੱਠਦੇ ਨੇ। ਚਲ ਮੈਂ ਹੋਵਾਂ ਤਿਆਰ। ਉੱਠ ਖੜਿਆ ਰੈਡੀ, ਬਸ ਰੋਟੀ ਖਾਣੀ ਹੈਗੀ, ਰੋਟੀ ਖਾ ਕੇ ਮੈਂ ਚੱਲਿਆ ਤੇ ਆਹ ਸਾਡੀ ਬੋਲੀ ਬੈਠੀ ਖਾ ਰਹੀ ਹੈਗੀ ਕਾਜੂ ਬਦਾਮ, ਹੈਨਾ। ਇੱਕ ਆਹ ਸਾਡਾ ਬੋਲ ਬੈਠਾ ਹੈਗਾ, ਇਹ ਕੁਛ ਵੀ ਨੀ ਕਰ ਰਿਹਾ ਬੈਠਾ। ਤੂੰ ਵੀ ਖਾ ਲਾ ਉੱਧਰ ਹੋ ਕੇ, ਕੱਪੜੇ ਤੂੰ ਕੱਢਦਾ ਹੈਗਾ, ਕੱਪੜੇ ਕੱਢ ਕੇ ਉਹ ਖਾ ਲਾ, ਤੇਰੀ ਵੀ ਪਈ ਆ ਉਹਦੇ ਵਿੱਚ। ਚਲੋ ਗਾਇਸ, ਮੈਂ ਤਾਂ ਆਪਣਾ ਜਾਣਾ ਗਾ ਹੁਣ ਡਿਊਟੀ, ਤੇ ਹੁਣ ਤੁਹਾਨੂੰ ਮਿਲੂੰਗਾ ਡਿਊਟੀ ਤੋਂ ਵਾਪਸ ਆ ਕੇ। ਓਏ ਬੋ 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 ਗਾਇਸ, ਆਉਣ ਸਾਰ ਮੈਨੂੰ ਘਰੇ ਮੈਨੂੰ ਪਹਿਲਾਂ ਸਭ ਤੋਂ ਪਹਿਲਾਂ ਰੋਕਸੀ ਮਿਲੀ ਹੈਗੀ, ਉਹ ਦੇਖੋ ਉਹ ਬੈਠੀ ਹੈਗੀ। ਆਉਣ ਸਾਰ ਸਾਨੂੰ ਪਹਿਲਾਂ ਮੈਨੂੰ ਇਹ ਮਿਲਦੀ ਹੈਗੀ, ਹੋਰ ਕੋਈ ਨਹੀਂ ਮਿਲਦਾ ਘਰ ਦਾ ਮੈਂਬਰ। ਦੇਖੀ ਆਪਾਂ ਮੈਂਬਰ ਕਿੱਥੇ ਨੇਗੇ, ਹਾਏ ਇੱਥੇ ਵੀ ਕੋਈ ਮੈਂਬਰ ਨਹੀਂ। ਓਕੇ, ਕਿਸਕੇ ਵਿਆਹ ਕਾ ਕਾਰਡ ਆਇਆ ਬੜਾ ਹੈ ਜੀ। ਅੱਛਾ 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 ਅੱਛਾ, ਨਿਊ ਮੈਰਿਜ ਪ੍ਰੋਗਰਾਮ ਆ ਗਿਆ ਗਾਇਸ, ਇੱਕ ਹੋਰ ਪੁੱਛਦੇ। ਚਲੋ ਆ ਜਾਓ, ਦੇਖਦੇ ਹਾਂ ਕਿੱਥੇ ਨੇ, ਕਾਹਦਾ ਪ੍ਰੋਗਰਾਮ ਆਇਆ। ਉਹ ਹੈਗੇ ਜਵਾਕੋ ਘਰੇ, ਆਹ ਸੀਗੇ ਹੁਣ ਤਾਂ ਲੱਗ ਰਹੀ ਹੈ। ਚਲੋ ਗਾਇਸ, ਮੈਂ ਆਪਣਾ ਚੇਂਜ ਚੂੰਜ ਕਰ ਲਾ ਤੇ ਫਿਰ ਉਸ ਤੋਂ ਬਾਅਦ ਚ ਮਿਲਦੇ ਹਾਂ। ਲਓ ਜੀ, ਚੱਕੋ, ਇਹ ਆ ਗਿਆ ਜੀ ਮੇਰੇ ਤਾਏ ਦੇ ਮੁੰਡੇ ਦਾ ਵਿਆਹ। ਖਰਚੇ ਨੂੰ ਘਰ ਆ ਗਿਆ, ਵਿਆਹ ਤਾਂ ਕਾਹਦਾ ਆ ਗਿਆ, ਕਿਉਂ ਪਹਿਲਾਂ ਇੰਨਾ ਖਰਚਾ ਕਰਾਇਆ ਗਿਆ ਨੇ ਇੱਕ ਵਿਆਹ ਤੇ, ਮੱਲਾ ਦਾ ਮਹੀਨਾ ਲਾਤਾ ਹੋਊ ਵਿਆਹ ਦੀ ਤਿਆਰੀ ਵਾਸਤੇ, ਹਨਾ ਤਾਂ। ਹਾਂ ਤਾਂ ਲੱਗ ਗਿਆ, ਹੁਣ ਦੁਬਾਰਾ ਫੇਰ ਮਹੀਨਾ ਫੇਰ ਖਰਚਾ ਸ਼ੁਰੂ ਹੋ ਜੀ। ਹੈ ਕਿ ਨਹੀਂ ਦੇਖਦਾ ਫਿਰ, ਇਹ 20 ਦਾ 20 ਤਰੀਕ ਦਾ
ਚਲ ਫਿਰ ਤਾਂ ਥੋੜੇ ਦਿਨ ਹੀ ਨੇ, 10 ਕੁ ਦਿਨ ਹੀ ਨੇ ਤੇਰੇ ਕੋਲ, ਕਹਿੰਦਾ ਮਤਲਬ ਉਹਨਾਂ ਬਾਲੇ ਨਹੀਂ ਹੈਗੇ ਲੰਮੇ। ਚਲੋ ਉਹ ਤਾਂ ਤੁਸੀਂ ਜਿਹੜੇ ਸ਼ਾਪਿੰਗ ਕਰਨੀ ਹੋਵੇ ਅਸੀਂ 10 ਕੁ ਦਿਨਾਂ ਦੇ ਅੰਦਰ ਅੰਦਰ ਹੀ ਕਰ ਲਾਂਗੇ, ਕੋਈ ਨਾ ਖਰਚਾ ਕਰਾਈ ਹੁਣ। ਹਾਂ ਫੇਰ ਦਵਾਰ ਉਹੀ ਬਾਲੇ ਜਿਹੜੇ ਮੈਂ ਕਹਿੰਦਾ ਸੀ ਰਿਪੀਟ ਨਹੀਂ। ਨਾ ਜੀ ਰਿਪੀਟ ਤਾਂ ਸੂਟ ਕਰੀਂਦਾ ਹੀ ਨਹੀਂ ਦੁਬਾਰੇ। ਜਾ ਪਰੇ ਕੁਛ ਨਹੀਂ ਹੁੰਦਾ, ਰਿਪੀਟ ਪੁਰ ਨੂੰ ਕਿਹੜਾ ਪੁੱਛਦਾ ਹੁੰਦਾ ਤੇ। ਨਹੀਂ 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 ਕੁਛ ਨਹੀਂ ਹੁੰਦਾ। ਨਹੀਂ 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 ਜੇ ਉਸ ਨੂੰ ਤਾਂ ਲਾਉਣਾ ਹੀ ਪਊਗਾ। ਖੋਲ ਵੀ ਲਿਆ ਹੈ ਮੇਰਾ, ਖਾ ਵੀ ਲਿਆ। ਇਹ ਤਾਂ ਮੇਰੇ ਵਾਸਤੇ ਤਾਂ ਇੱਕ, ਮੇਰੇ ਵਾਸਤੇ ਤਾਂ ਇੱਕ, ਸਾਰੇ ਟੱਬਰ ਵਾਸਤੇ ਤਾਂ ਐ ਹੁੰਦਾ ਹੈ। ਨਹੀਂ ਲੱਗਦਾ ਨਹੀਂ ਨਹੀਂ ਸਾਡੇ ਵਾਸਤੇ ਕਲਮਾ ਮਿਲਮਾ ਖਾਣਾ। ਬੱਚੇ ਨੇ ਦੇਖ ਲਿਆ, ਬੱਚੇ ਤਾਂ ਖਾ ਵੀ ਗਏ। ਮੈਨੂੰ ਮਿਲ ਜਾਵੇ। ਮੈਂ ਕਿਹਾ ਫਤਿਹ ਹੋਰੀਆਂ ਨੂੰ, ਮਾਂ ਫਤਿਹ ਤੁਹਾਡੇ ਵਾਸਤੇ ਸਰਪ੍ਰਾਈਜ਼ ਆ ਬਈ। ਮੈਂ ਗੇਟ ਚ ਖੜ ਗਈ, ਮੈਂ ਗੇਟ ਖੋਲੂ ਉਦੋਂ ਅੰਦਰ ਜਾਣਾ। ਮੈਂ ਕਹਿ ਰਿਹਾ 1 2 3 ਭਾਈ ਮੈਂ ਗੇਟ ਖੋਲਿਆ, ਰੋਕਸੀ ਸਾਰਿਆਂ ਦਾ ਮੂਹਰੇ, ਰੋਕਸੀ ਸਾਰਿਆਂ ਦਾ ਮੂਹਰੇ। ਮੈਂ ਲੈ ਵੀ ਤੁਹਾਡੇ ਨੂੰ ਨੰਬਰ ਤਾਂ ਰੋਕਸੀ ਲੈ ਗਈ, ਸਰਪ੍ਰਾਈਜ਼ ਤਾਂ ਰੋਕਸੀ ਨੇ ਦੇਖਣਾ। ਕੋਲੀ ਭਰ ਕੇ ਅੱਛਾ, ਹੋਰ ਤਿੰਨ ਤਾਂ ਘੱਟੇ ਨੇ ਗੇ। ਢਿੱਡ ਨੂੰ ਕੀ ਦੋਸ਼ ਹੈਗਾ, ਚਲੋ ਠੀਕ ਹੈ। ਮੈਂ ਹੁਣ ਖਾ ਪੀ ਲਾ ਆਪਣਾ ਰੱਖਿਆ ਹੈਗਾ ਨਾ ਗਰਮ ਹੋਣ ਵਾਸਤੇ, ਤੇ ਫਿਰ ਉਸ ਤੋਂ ਬਾਅਦ ਫਤਿਹ ਉਰੇ ਨੂੰ ਆ ਜਾਂਦਾ, ਫਿਰ ਫਤਿਹ ਉਰੇ ਦੇ ਨਾਲ ਫੇਰ ਖਾਵਾਂਗੇ। ਲਓ ਉਹ ਆ ਗਏ ਬੱਚਾ ਪਾਰਟੀ। ਹੈਲੋ ਬੱਚਾ, ਦੂਜਾ ਬੱਚਾ ਆਪਣਾ ਤੁਸੀਂ ਝੂਠ ਘੱਟ ਬੋਲ। ਓਕੇ ਖਾ ਲੋ, ਕਹਿੰਦਾ ਮੇਰਾ ਆ ਕੀ ਹੋ ਰਿਹਾ। ਖਾਜੂਗਾ
ਕੀ ਹੋ ਗਿਆ ਗੱਲੀ ਨੂੰ? ਸ਼ੌਕ ਹੈ ਡੱਕੇ ਹੋ ਪਏ ਨੀ? ਸ਼ੌਕ ਕਿਉਂ ਲੱਗਿਆ ਤੈਨੂੰ? ਭੂਤ ਰਾਤ ਵਾਲੀ ਫਿਲਮ ਵਾਲੀ ਭੂਤ ਸਾਰੇ ਨਾਲ ਜ਼ਿਆਦਾ ਮਿੱਠਾ ਖਾਣ ਵਾਲੀ ਹੈ ਇਹ ਰੁੱਸ ਗਈ। ਹਾਂ ਮੈਨੂੰ ਦਿੱਤਾ ਖਾਣ ਲੱਗ ਗਿਆ ਗੰਦੇ ਹੱਥਾਂ ਨਾਲੇ। ਬਹੁਤ ਵਧੀਆ ਗੱਲ ਆ ਗਈ, ਚੱਲ ਤੋ ਗਿਆ ਬੇਸ਼ਰਮ ਬੰਦਾ। ਮੈਂ ਤਾਂ ਆਪਦਾ ਖਾਣ ਪੀਣ ਬਣਾਉਣਾ ਆ ਗਏ ਟਿਊਸ਼ਨ ਤੋਂ, ਟਿਊਸ਼ਨ ਤੋਂ ਆ ਕੇ ਹੁਣ ਆਪਣਾ ਖਾਣ ਪੀਣ ਸ਼ੁਰੂ ਹੋ ਗਿਆ ਇਹਨਾਂ ਦਾ ਤਾਂ, ਅਤੇ ਆਪਾਂ ਵੀ ਆਪਣਾ ਖਾਣ ਪੀਣ ਬਣਾਈਏ ਅਤੇ ਆਪੇ ਖਾਈਏ। ਆਪਾਂ ਨੂੰ ਹੋਰ ਤਾਂ ਕਿਸੇ ਨੇ ਦੇਣਾ ਨਹੀਂ ਹੈਗਾ, ਕਿਉਂਕਿ ਮੈਨੂੰ ਬਣਾਉਣ ਪਊ, ਮੈਨੂੰ ਖਾਣਾ ਪਊ। ਮੈਗੀ ਬਣਾਉਣਾ ਗਾ, ਮੈਗੀ ਲਿਆਉਂਦੀ ਸੀ ਕੱਢ ਕੇ ਬਣਾ ਕੇ ਖਾਂਦੇ ਹਾਂ ਕਿ ਬਣਾ ਦਿਓ ਜੀ ਮੈਗੀ, ਮੈਗੀ ਬਣਾ ਦਿਓ। ਚੈੱਕ ਕੇ ਕਰ ਰਿਹਾ ਸੀ ਮੈਂ ਵੀ, ਜਾਣ ਕੇ ਤਾਂ ਖਾਣੂ ਗਿਆ ਸੀ, ਕਹਿ ਰਿਹਾ ਵੈਸੇ ਵੀ ਇਹੀ ਸੀਗਾ। ਨਹੀਂ ਨਹੀਂ ਮੈਂ ਜਾਣ ਕੇ ਤਾਂ ਹੀ ਗਿਆ ਸੀ, ਜਾਣ ਕੇ ਪਤਾ ਹੀ ਆ ਮੈਨੂੰ ਵੀ, ਤੂੰ ਇਹੀ ਕਹਿਣਾ ਬਣਾ ਲੈਂਦੇ ਹਾਂ ਭਾਈ। ਚਲੋ ਗਾਇਸ ਮੈਂ ਬਣਾ ਕੇ ਖਾਣਾ ਆਪਦੀ ਮੈਗੀ ਮੂਵੀ। ਦੇਖੋ ਡੈਡ ਕੱਲੇ ਬੈਠੀ ਮੈਗੀ ਖਾਈ ਜਾ ਰਹੇ ਨੇ। ਹੋਰ ਕੱਲੇ ਨੇ, ਤੁਸੀਂ ਕੱਲੇ ਨੇ ਪਾਸਤਾ ਨਹੀਂ ਖਾਧਾ? ਠੀਕ ਹੈ ਅੱਛਾ ਛੱਡ ਫਤੇ ਨੂੰ ਵੀ ਦੇ ਜੀ, ਰੋਟੀ ਵੀ ਖਾਊਗਾ ਉਹ ਮੁੰਡੂ। ਫੜੀ ਰੋਟੀ ਵੀ ਖਾ ਲਈ ਆਪਦੀ, ਚੱਕ ਲਾਜ ਨੀ ਹੈਗੀ ਆ, ਰੋਟੀ ਵੀ ਖਾਣੀ ਆ, ਪਾਸਤਾ ਵੀ ਖਾ ਲਿਆ ਤੁਸੀਂ। ਤੈਨੂੰ ਨਹੀਂ ਮਿਲੀ ਹੈਗੀ ਮੈਗੀ, ਦੇਖ ਫਤਿਹ ਨੂੰ ਮਿਲ ਗਈ। ਹੋਰ ਗਲੀਨ ਪਤਾ ਹੀ ਨਹੀਂ ਕਿੱਥੇ ਰੱਖਣ ਦੀ ਫਤਿਹ ਦੀ ਰੋਟੀ, ਦੇਖੋ ਬੇਚਾਰਾ ਰੋਟੀ ਖਾਣ ਕੇ ਨਹੀਂ ਔਖਾ ਹੋਇਆ ਬੈਠਾ। ਹਾਂਜੀ ਤੁਸੀਂ ਦਿਖਾਓ ਕੀ? ਕੱਲ ਰੋਜ਼ ਡੇ ਸੀ, ਅੱਜ ਭੁੱਲ ਗਈ ਸੀ। ਅੱਛਾ ਮੈਂ ਕਿਹਾ ਮੈਂ ਤੂੰ ਬਣਾ ਕੇ ਲਿਆਈ, ਮੈਂ ਤੇਰੇ ਵਾਸਤੇ ਛੋਟਾ ਸੋਹਣੀ ਯਾਰ ਖਰਚਾ ਫਤੇ ਚਮਕਾਈ ਜਾਂਦੇ ਨੇ। ਚਲੋ ਗਾਇਸ ਇਹ ਤਾਂ ਨਹੀਂ, ਇਹਨਾਂ ਨੇ ਮੇਰੀ ਜਾਨ ਲੈਣੀ ਕਰ ਰੱਖੀ ਹੈ ਵਿਆਹ ਪਿੱਛੇ। ਹੁਣ ਵਿਆਹ ਦੇਖਿਓ ਗਾਇਸ ਹੁਣ ਕਿੰਨਾ ਖਰਚਾ ਕਰਾਉਣਗੇ ਇਹ ਟੀਟ ਨੇ ਜੇ।
ਤੇ ਠੀਕ ਹੈ ਗਾਇਸ, ਅੱਜ ਦਾ ਜਿਹੜਾ ਵਲੌਗ ਆ ਆਪਾਂ ਇੱਥੇ ਇਹਨੂੰ ਖਤਮ ਕਰ ਦਿਆਂਗੇ ਤੇ ਇਹਨਾਂ ਨਾਲ ਸੁੱਝ ਦਿਆਂਗੇ। ਮੈਂ ਗਲੀ ਨੂੰ ਕਿਹਾ, ਮੈਂ ਗਲੀ ਤੂੰ ਪੁਰਾਣੇ ਕੱਪੜੇ ਪਾ ਲੈ। ਸੀ ਹਜੇ ਨਾ, ਮੈਂ ਨਹੀਂ, ਉਹ ਤਾਂ ਸੌਰਨ ਦੇ ਦੇਖੇ ਹੋਏ ਨੇ, ਮੈਂ ਪਾਉਂਦੀ ਕਿ ਮੈਂ ਬੱਚਿਆਂ ਨੂੰ ਵੀ ਖੰਭ ਲੱਗੇ ਪੈਣੇ ਹੁਣ ਤਾਂ ਦੇਖ ਲੈ। ਚਲੋ ਠੀਕ ਹੈ ਗਾਇਸ, ਅੱਜ ਦਾ ਜਿਹੜਾ ਵਲੌਗ ਆਪਾਂ ਕਰਦੇ ਇੱਥੇ ਖਤਮ, ਤੇ ਹੁਣ ਕੱਲ ਨੂੰ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਵਿੱਚ। ਤਦ ਤੱਕ ਵਾਸਤੇ ਬਾਏ ਬਾਏ, ਗੁੱਡ ਨਾਈਟ, ਬਾਏ।